ਹੈਲੋ ਸਟੂਡੈਂਟਸ ਵੈਲਕਮ ਟੂ ਮਾਈ YouTube ਚੈਨਲ ਅੱਜ ਦਾ ਸਾਡਾ ਟੌਪਿਕ ਹੈਗਾ ਰਾਈਟਸ ਫੰਡਮੈਂਟਲ ਰਾਈਟਸ ਆਫ individul ਇਸ ਵੀਡੀਓ ਦੇ ਵਿੱਚ ਅਸੀਂ ਓਨਲੀ ਰਾਈਟਸ ਕਰਾਂਗੇ ਰਿਸਪਾਂਸਿਬਿਲਟੀਜ਼ ਆਫ ਇੰਡੀਵਿਜੂਅਲ ਇਨ ਡੈਮੋਕਰੈਟਿਕ ਸੁਸਾਇਟੀ ਆਪਾਂ ਅਗਲੀ ਵੀਡੀਓਸ ਦੇ ਵਿੱਚ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਵੀਡੀਓ ਦੇ ਪ੍ਰਤੀ ਕੋਈ ਵੀ ਸੁਜੈਸ਼ਨ ਹੋਵੇ ਕੋਈ ਟੌਪਿਕ ਪ੍ਰਤੀ ਕੋਈ ਸੁਜੈਸ਼ਨ ਹੋਵੇ ਤਾਂ ਜ਼ਰੂਰ ਦੱਸਿਓ ਨਾਓ ਫੰਡਾਮੈਂਟਲ ਰਾਈਟਸ ਸਭ ਤੋਂ ਪਹਿਲਾਂ ਡੈਫੀਨੇਸ਼ਨ ਆ ਰਾਈਟਸ ਐਕਟ ਐਜ਼ ਆ ਸੇਫਗਾਰਡ ਅਗੇਂਸਟ ਅਬਿਊਜ਼ ਔਰ ਮਿਸਯੂਜ਼ ਆਫ ਪਾਵਰ ਬਾਈ ਗਵਰਨਮੈਂਟ ਇੰਡੀਵਿਜੂਅਲ ਔਰ ਗਰੁੱਪ ਅਬਿਊਜ਼ ਮਤਲਬ ਕੀ ਹੁੰਦਾ ਕੋਈ ਆਪਾਂ ਨੂੰ ਤੰਗ ਕਰ ਰਿਹਾ ਹਨਾ ਤੰਗ ਕਰਨਾ ਜਾਂ ਗਲਤ ਯੂਜ਼ ਕਰਨਾ ਰਾਈਟ ਐਕਟ ਐਜ਼ ਰਾਈਟ ਕਿਦਾਂ ਕੰਮ ਕਰਦੀ ਹੈਗੇ ਸੇਫਗਾਰਡ ਆਪਣੀ ਆਪਾਂ ਨੂੰ ਸੇਫ ਸੇਫਨੈਸ ਪ੍ਰੋਵਾਈਡ ਕਰਦੀ ਹੈ ਆਪਣਾ ਇੱਕ ਗਾਰਡ ਦੇ ਤਰ੍ਹਾਂ ਹਨਾ ਅਸੀਂ ਸੇਫਗਾਰਡ ਦੀ ਤਰ੍ਹਾਂ ਕੰਮ ਕਰਦੇ ਹਾਂ ਅੰਗੇਨਸ ਕਾਦੇ ਵਿਰੁੱਧ ਅਬਿਊਜ਼ অর ਮਿਸਯੂਜ਼ ਜੇਕਰ ਆਪਣਾ ਕੋਈ ਆਪਣੀ ਪਾਵਰ ਦਾ ਕੋਈ ਮਿਸਯੂਜ਼ ਕਰ ਰਿਹਾ ਜਾਂ ਆਪਾਂ ਨੂੰ ਕੋਈ ਤੰਗ ਕਰ ਰਿਹਾ ਹਨਾ ਗਵਰਨਮੈਂਟ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਜਾਂ ਕੋਈ ਇੰਡੀਵਿਜੂਅਲ ਪਰਸਨ ਕਰ ਰਿਹਾ ਜਾਂ ਕੋਈ ਗਰੁੱਪ ਮਿਲ ਕੇ ਕਰ ਰਿਹਾ ਉਹਦੇ ਖਿਲਾਫ ਆਪਾਂ ਰਾਈਟ ਆਪਾਂ ਨੂੰ ਮਿਲੇ ਹੋਏ ਆ ਕਿਹੜੇ ਕਿਹੜੇ ਰਾਈਟ ਹੈਗੇ ਪਹਿਲਾਂ 7 ਰਾਈਟਸ ਹੁੰਦੇ ਸੀ ਹੁਣ ਇੱਕ ਜਿਹੜਾ ਰਾਈਟ ਟੂ ਪ੍ਰੋਪਰਟੀ ਉਹ ਕੱਟ ਕੀਤਾ ਗਿਆ 6 ਰਾਈਟਸ ਆਪਣੇ ਰਹਿ ਗਏ ਆ ਮੇਨ ਵੈਸੇ ਛੇ ਮੰਨੇ ਜਾਂਦੇ ਆ ਬਾਕੀ ਬਹੁਤ ਆਪਣੇ ਰਾਈਟਸ ਹੈਗੇ ਆ ਹਨਾ ਫਸਟ ਹੈਗਾ ਰਾਈਟ ਟੂ ਇਕੁਐਲਟੀ ਰਾਈਟ ਟੂ ਫਰੀडम অর ਲਿਬਰਟੀ ਰਾਈਟ ਟੂ ਫਰੀडम ਆਫ ਰਿਲੀਜਨ ਨੈਕਸਟ ਹੈਗਾ ਰਾਈਟਸ ਅਗੇਂਸਟ ਐਕਸਪਲੋਇਟੇਸ਼ਨ ਐਕਸਪਲੋਇਟੇਸ਼ਨ ਹੁੰਦਾ ਸ਼ੋਸ਼ਨ ਕਰਨਾ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਰਾਈਟਸ ਟੂ ਕਨਸਟੀਟਿਊਸ਼ਨਲ ਰੈਮਡੀਜ਼ ਠੀਕ ਹੈ ਤਾਂ ਉਹਨੀਆਂ ਨੂੰ ਐਕਸਪਲੇਨ ਕਰਦੇ ਆ ਫਸਟ ਹੈਗਾ ਰਾਈਟ ਟੂ ਇਕੁਐਲਟੀ discrimination on the basis of religion caste sex etc is abolished discrimination matlab hunda vitkra karna abolished matlab hunda khatam karna right to equality de vich ki hai vi saryanu ikko jeh adhikar ditta gaya vitkra kaade aadhar te khatam kita gaya koi vi jaat de aadhar te dharm de aadhar te koi vi vitkra nahi karna hai ga ਆਲ ਕੈਨ ਮੇਕ ਯੂਜ਼ ਆਫ ਸ਼ਾਪਸ ਹਰ ਇੱਕ ਵਿਅਕਤੀ ਨੂੰ ਹੱਕ ਹੈਗਾ ਕਿ ਉਹ ਹਰ ਇੱਕ ਸ਼ਾਪ ਦਾ ਯੂਜ਼ ਕਰ ਸਕਦਾ ਪਲੇਸਸ ਜਾ ਸਕਦਾ ਜਿੱਥੇ ਰੀਕ੍ਰੀਏਸ਼ਨ ਨਾ ਮਨੋਰੰਜਨ ਦੇ ਸਾਧਨ ਹੈਗੇ ਉਥੇ ਹਰ ਕੋਈ ਜਾ ਸਕਦਾ ਪਲੇਸਸ ਆਫ ਵਰਸ਼ਿਪ ਮੰਦਰ ਮਸਜਿਦ ਗੁਰਦੁਆਰਾ ਵੈਲਸ ਐਂਡ ਰਿਵਰਸ ਇੱਥੇ ਹਰ ਇੱਕ ਪਰਸਨ ਇਹਦਾ ਯੂਜ਼ ਕਰ ਸਕਦਾ ਨੈਕਸਟ ਆਗਾ ਸਪੈਸ਼ਲ ਪ੍ਰੋਵੀਜ਼ਨ ਮੇ ਬੀ ਮੇਡ ਇਨ ਫੇਵਰ ਆਫ ਔਫ ਊਮਨ ਯਾਨੀ ਸਪੈਸ਼ਲ ਪ੍ਰੋਵੀਜ਼ਨ ਕਿਹਨਾਂ ਨੂੰ ਦਿੱਤੀ ਗਈ ਹੈ ਊਮਨ ਨੂੰ ਚਿਲड्रन ਨੂੰ ਸੋਸ਼ੀਅਲੀ ਐਜੂਕੇਸ਼ਨਲੀ ਬੈਕਵਰਡ ਕਲਾਸਸ ਆਫ ਸਿਟੀਜ਼ਨਸ ਇਹਨਾਂ ਨੂੰ ਸਪੈਸ਼ਲ ਪ੍ਰੋਵੀਜ਼ਨ ਦਿੱਤੀ ਗਈ ਹੈ ਇਹਨਾਂ ਨੂੰ ਪੈਲ ਦਿੱਤੀ ਗਈ ਹੈ ਠੀਕ ਹੈ ਨੈਕਸਟ ਹੈਗਾ ਰਾਈਟ ਟੂ ਫ੍ਰੀडम অর ਲਿਬਰਟੀ ਮਤਲਬ ਆਜ਼ਾਦੀ ਦਾ ਅਧਿਕਾਰ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਆਪਾਂ ਕੁਝ ਵੀ ਬੋਲ ਸਕਦੇ ਹਾਂ ਕੁਝ ਵੀ ਐਕਸਪ੍ਰੈਸ਼ਨ ਦੇ ਸਕਦੇ ਹਾਂ ਇਹ ਆਪਣਾ ਅਧਿਕਾਰ ਆ ਫ੍ਰੀडम ਟੂ ਅਸੈਂਬਲ ਟੂ ਗੈਦਰ ਪੀਸਫੁਲੀ ਠੀਕ ਹੈ ਨੈਕਸਟ ਹੈਗਾ liberty to form group and organization ਆਪਾਂ ਕੋਈ ਵੀ ਗਰੁੱਪ ਫਾਰਮ ਕਰ ਸਕਦੇ ਆ ਲਿਬਰਟੀ ਟੂ ट्रैवल ਐਂਡ ਸਟੇ ਐਨੀ ਵੇਅਰ ਇਨ ਇੰਡੀਆ ਆਪਾਂ ਕਿਤੇ ਵੀ ਇੰਡੀਆ ਦੇ ਵਿੱਚ ਵਿੱਚ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਰਹਿ ਸਕਦੇ ਆ ਲਿਬਰਟੀ ਟੂ ਫਾਲੋ ਐਨੀ ਓਕਿਊਪੇਸ਼ਨ ਕੋਈ ਵੀ ਓਕਿਊਪੇਸ਼ਨ ਆ ਕੀਤਾ ਅਪਣਾ ਸਕਦੇ ਆ ਕੋਈ ਵੀ ਪ੍ਰੋਫੈਸ਼ਨ ਅਪਣਾ ਸਕਦੇ ਆ ਤੇ ਆਪਾਂ ਪੈਸਾ ਕਮਾ ਸਕਦੇ ਆ ਠੀਕ ਹੈ ਕੋਈ ਵੀ ਇੰਡਸਟਰੀ ਆਪਾਂ ਕੋਈ ਵੀ ਟ੍ਰੇਡ ਆਪਾਂ ਚਲਾ ਸਕਦੇ ਆ ਸਟਾਰਟ ਕਰ ਸਕਦੇ ਆ ਨੈਕਸਟ ਹੈਗਾ ਰਾਈਟ ਟੂ ਫ੍ਰੀडम ਆਫ ਰਿਲੀਜੀਅਨ ਇਸ ਦੇ ਵਿੱਚ ਕੀ ਆ ਅੰਡਰ ਥਿਸ ਰਾਈਟ ਰਿਲੀਜੀਅਨ ਫ੍ਰੀडम ਆਫ ਐਵਰੀ ਇੰਡੀਵਿਜੂਅਲ ਇ ਰਿਲੀਜੀਅਨ ਰਿਕੋਗਨਾਈਜ਼ਡ ਠੀਕ ਹੈ ਇਸ ਦੇ ਵਿੱਚ ਰਿਲੀਜੀਅਨ ਦੇ ਪ੍ਰਤੀ ਜਿਹੜੀ ਫ੍ਰੀडम ਹੈਗੀ ਉਹਨੂੰ ਰਿਕੋਗਨਾਈਜ਼ ਕੀਤਾ ਗਿਆ ਇੰਡੀਵਿਜੂਅਲ ਇਜ਼ ਟੂ ਫ੍ਰੀ ਟੂ ਅਕਸੈਪਟ ਫਾਲੋ ਐਂਡ ਪ੍ਰੋਪਗੇਟ ਐਨੀ ਰਿਲੀਜੀਅਨ ਪ੍ਰੋਪਗੇਟ ਹੁੰਦਾ ਪ੍ਰਚਾਰ ਕਰਨਾ ਇੱਕ ਇੰਡੀਵਿਜੂਅਲ ਪਰਸਨ ਜਿਹੜਾ ਹੈਗਾ ਕੋਈ ਵੀ ਧਰਮ ਅਪਣਾ ਸਕਦਾ ਹੈਗਾ ਤੇ ਉਹਦਾ ਪ੍ਰਚਾਰ ਕਰ ਸਕਦਾ ਨੈਕਸਟ ਹੈਗਾ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਜੇਕਰ ਆਪਣਾ ਕੋਈ ਸ਼ੋਸ਼ਨ ਕਰਦਾ ਉਹਦੇ ਅੰਗੇਲਸ ਆਪਾਂ ਨੂੰ ਕੀ ਰਾਈਟ ਮਿਲਿਆ ਹੋਇਆ ਇਨ ਆਰਟੀਕਲ 23 ਐਂਡ 24 ਆ ਆਰਟੀਕਲ ਦੇ ਵਿੱਚ 23 ਅਤੇ 24 ਦੇ ਵਿੱਚ ਕੀ ਕਿਹਾ ਗਿਆ ਸੰਵਿਧਾਨ ਦੇ ਜਿਹੜੇ 23 ਤੇ 24 ਆਰਟੀਕਲ ਦੇ ਵਿੱਚ ਕੀ ਕਿਹਾ ਗਿਆ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਇਨਸੈਪਟ ਜਿਹੜਾ ਇਹ ਰਾਈਟ ਆਉਂਦਾ 23 ਐਂਡ 24 ਜਿਹੜਾ ਆਰਟੀਕਲ ਹੋਗਾ ਉਹਦੇ ਵਿੱਚ ਐਕਸੈਪਟ ਕੀਤਾ ਹੋਇਆ ਫੋਰਸ ਲੇਬਰ ਕੋਈ ਆਪਾਂ ਨੂੰ ਮਜਬੂਰੀ ਨੇ ਨਾਲ ਕੰਮ ਕਰਵਾ ਰਿਆ ਇਜ਼ ਪਨੀਸ਼ੇਬਲ ਐਂਡ ਅਫੈਂਸਿਕ ਅਪਰਾਧ ਹੈਗਾ ਉਹ ਕਹਿੰਦੇ ਸਿਮਿਲਰਲੀ ਜੇਕਰ ਕੋਈ ਕਿਸੇ ਚਾਈਲਡ ਤੋਂ ਕੰਮ ਕਰਵਾ ਰਿਹਾ ਹੈਗਾ ਜਿਹੜਾ 14 ਸਾਲ ਤੋਂ ਘੱਟ ਉਮਰ ਹੈਗਾ ਉਹ ਵੀ ਆਫੈਂਸ ਹੈਗਾ ਅਪਰਾਧ ਹੈਗਾ ਲਾਸਟ ਨੈਕਸਟ ਕੀ ਆ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਅੰਡਰ ਥਿਸ ਰਾਈਟ ਐਵਰੀ ਸਿਟੀਜ਼ਨ ਹੈਵ ਰਾਈਟ ਟੂ ਪ੍ਰੀਜ਼ਰਵ ਹਿਸ ਲੈਂਗੁਏਜ অর ਕਲਚਰ ਕੋਈ ਵੀ ਜਿਹੜਾ ਪਰਸਨ ਹੈਗਾ ਆਪਦੀ ਲੈਂਗੁਏਜ ਨੂੰ ਅਪਣਾ ਸਕਦਾ ਉਹਨੂੰ ਪ੍ਰੀਜ਼ਰਵ ਕਰ ਸਕਦਾ ਬਚਾ ਸਕਦਾ ਇਹ ਕਿਹੜੇ ਆਰਟੀਕਲ ਦੇ ਵਿੱਚ ਹੈਗਾ ਆਰਟੀਕਲ 33 ਮਾਈਨੋਰਿਟੀਜ਼ ਆਰ ਗਿਵਨ ਰਾਈਟ ਟੂ ਸਟਾਰਟ ਐਜੂਕੇਸ਼ਨਲ ਇੰਸਟੀਟਿਊਟ ਟੂ ਵਨ ਟੂ ਬੇਸਿਕ ਆਫ देयर ਲੈਂਗੁਏਜ ਐਂਡ ਰਿਲੀਜੀਅਨ ਠੀਕ ਹੈ ਇਹਦੇ ਵਿੱਚ ਕੀ ਕਿਹਾ ਗਿਆ ਵੀ ਕੋਈ ਵੀ ਆਪਣਾ ਜਿਹੜਾ ਇੰਸਟੀਟਿਊਟ ਆਪਣੀ ਰਿਲੀਜੀਅਨ ਦੇ ਆਧਾਰ ਤੇ ਜਾਂ ਲੈਂਗੁਏਜ ਦੇ ਆਧਾਰ ਤੇ ਆਪਣੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਟ ਹੈਗੇ ਉਹ ਓਪਨ ਕਰ ਸਕਦੇ ਜਿੱਦਾਂ ਕਿ ਕ੍ਰਿਸਟIANS ਦੇ ਸਕੂਲ ਉਹਨਾਂ ਨੇ ਆਪਣੇ ਖੋਲੇ ਹੋਏ ਆ ਅਲੱਗ ਹਨਾ ਨੈਕਸਟ ਹੈਗਾ ਟੂ ਸਟਾਰਟ ਟੂ ਦਾ ਸਟੇਟ ਕੈਨ ਨੋਟ ਡਿਸਕ੍ਰਿਮੀਨੇਟ ਅਗੇਂਸ ਸੱਚ ਇੰਸਟੀਟਿਊਸ਼ਨ ਜਿਹੜੀ ਸਟੇਟ ਹੈਗੀ ਹੈ ਕੋਈ ਵੀ ਭੇਦਭਾਵ ਨਹੀਂ ਕਰ ਸਕਦੀ ਇਨਾਂ ਇੰਸਟੀਟਿਊਸ਼ਨ ਦੇ ਅੰਗੇਲਸ ਠੀਕ ਹੈ ਨੈਕਸਟ ਹੈਗਾ ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਇਫ ਦਾ ਸਟੇਟ ਇਜ਼ ਡਿਨਾਈਂਗ ਫੰਡਾਮੈਂਟਲ ਰਾਈਟਸ ਟੂ ਐਨੀ ਪਰਸਨ ਇਸ ਦੇ ਵਿੱਚ ਕੀ ਕਿਹਾ ਗਿਆ ਜੇਕਰ ਸਟੇਟ ਮਨਾ ਕਰਦੀ ਆ ਫੰਡਾਮੈਂਟਲ ਰਾਈਟ ਹੁੰਦੇ ਆ ਆਪਣੇ ਮੌਲਿਕ ਅਧਿਕਾਰ ਜੇਕਰ ਸਟੇਟ ਆਪਾਂ ਨੂੰ ਇਹ ਅਧਿਕਾਰ ਨਹੀਂ ਦਿੰਦੀ ਕਿਸੇ ਵੀ ਪਰਸਨ ਨੂੰ ਤਾਂ ਆਰਟੀਕਲ 32 ਦੇ ਵਿੱਚ ਕਿਹਾ ਗਿਆਗਾ ਵੀ ਉਹ ਜੁਡੀਸ਼ਰੀ ਜੱਜ ਕੋਲ ਜਾ ਕੇ ਆਪਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਸਰਕਾਰ ਦੇ ਵਿਰੁੱਧ ਬਿਆਨ ਦੇ ਸਕਦਾ ਹੈਗਾ ਠੀਕ ਹੈ ਤਾਂ ਹੋਰ ਰਾਈਟਸ ਜਿਹੜੇ ਹੈਗੇ ਆ ਦਾ ਕਨਸਟੀਟਿਊਸ਼ਨਲ ਆਲਸੋ grant um, guarantees to every citizen of india certain political rights the rights are given below right to vote ਆਪਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ right to elected ਕੋਈ ਵੀ ਆਪਾਂ ਚੋਣ ਆਪਾਂ ਕਿਸੇ ਨੂੰ ਵੀ ਚੁਣ ਸਕਦੇ ਹਾਂ ਵੋਟ ਪਾ ਕੇ right to join political parties uh, defense of the country proper use of right to vote to respect the rights of others to promote welfare ਭਲਾਈ ਦੇ ਕੰਮ ਕਰਨ ਲਈ ਆਪਣਾ ਇਹ ਹੱਕ ਹੈਗਾ ਆਪਾਂ ਆਪਣੀ ਇੱਛਾ ਨਾਲ ਕਰ ਸਕਦੇ ਆ ਆਪਾਂ ਨੂੰ ਆਜ਼ਾਦੀ ਹੈਗੀ ਆ ਟੂ ਰਿਮੂਵ ਆਲ ਈਵਲ ਪ੍ਰੈਕਟਿਸ ਫ্রম ਸੋਸਾਇਟੀ ਫਰੈਂਡਸ ਇਹ ਸੀ ਕਿ ਸਾਡੀ ਅੱਜ ਦੀ ਵੀਡੀਓ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਉਸ ਦੇ ਵਿੱਚ ਆਪਾਂ ਫੰਡਾਮੈਂਟਲ ਡਿਊਟੀਆਂ ਰਿਸਪੌਂਸਿਬਿਲਟੀਜ਼ ਆਫ ਇੰਡੀਵਿਜੂਅਲ ਦੀਆਂ ਆਪਾਂ ਕਰਾਂਗੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕੋਈ ਵੀ ਸੁਜੈਸ਼ਨ ਹੋਵੇ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ